ਨਜ਼ੀਰ ਫੱਟੜ ਹੋਏ ਨੇ, ਦੋ ਦੀ ਮੌਤ ਹੋਈ ਹੈ। ਜੀ ਜੀ, ਸਵੇਰੇ ਸਵੇਰੇ ਮੈਨੂੰ ਵੀ ਸਾਡੇ ਵਲੰਟੀਅਰ ਦਾ ਫੋਨ ਆਇਆ ਕਿ ਟੁੰਗਾਂ ਅਤੇ ਹਸਨਪੁਰ ਜਿਹੜਾ ਵਿਧਾਨ ਸਭਾ ਨਾਭਾ ਦੇ ਦੋ ਪਿੰਡ ਨੇ, ਇਹਦੇ ਵਿੱਚ 100 ਦੇ ਲਗਭਗ ਮਨਰੇਗਾ ਵਰਕਰ ਜਿਹੜੇ ਸਵੇਰੇ ਸਵੇਰੇ ਆਏ ਸੀ, ਹਲੇ ਹਾਜ਼ਰੀ ਲਾ ਰਹੇ ਸੀ। ਪਰ ਦੂਜੇ ਪਾਸਿਓਂ ਇੱਕ ਟਰੈਕਟਰ ਆਇਆ ਜਿੱਥੇ 3-4 ਬਈਏ ਜਿਹੜੇ ਸੀਗੇ ਝੋਨਾ ਲਾਉਣ ਵਾਸਤੇ ਜਾ ਰਹੇ ਸੀਗੇ, ਪਿੱਛੇ ਪਨੀਰ ਲੱਦੀ ਹੋਈ ਸੀਗੀ, ਉਹ ਟਰੈਕਟਰ ਬੇਕਾਬੂ ਹੋ ਗਿਆ, ਜਿਹਦੇ ਕਰਕੇ 2 ਜਿਹੜੀਆਂ ਨੇ ਬਜ਼ੁਰਗ ਮਹਿਲਾਵਾਂ ਦੀ ਰਾਈਟ ਵੇ ਡੈਥ ਹੋ ਗਈ ਹੈ ਜੀ, ਅਤੇ 8 ਜਿਹੜੇ ਨੇ ਫੱਟੜ ਨੇ, ਅਤੇ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਵੀ ਹੈ ਜੀ। ਅਤੇ ਹੁਣ ਵਿਜ਼ਿਟ ਕੀਤਾ ਜੀ ਮੈਂ ਸਿਵਲ ਹਸਪਤਾਲ ਨਾਭਾ, ਡਾਕਟਰ ਸਾਹਿਬ ਨੂੰ ਕਿਹਾ ਕਿ ਇਹਨਾਂ ਦੇ ਸਾਰਿਆਂ ਦੇ ਟੈਸਟ ਜਿਹੜੇ ਕੀਤੇ ਜਾਣਗੇ, ਸਿਰ ਸੱਟ ਲੱਗੀ ਆ ਸਾਰੇ, ਪੱਟੀ ਜੋ ਵੀ ਹੈਗਾ, ਇੱਕ ਲੱਤ ਟੁੱਟੀ ਹੈ ਮਾਤਾ ਦੀ, ਔਰ ਜਿਹੜੀਆਂ 2 ਬਜ਼ੁਰਗ ਮਾਤਾ ਡੈਥ ਹੋਈ ਆ ਉਹਦੇ ਉੱਪਰ ਦੀ ਇੱਥੋਂ ਦੀ ਛਾਤੀ ਦੇ ਉੱਪਰ ਦੀ ਟਰੈਕਟਰ ਲੱਗ ਗਿਆ ਜੀ। ਅਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ, ਜੈਸ ਐਸ ਸਾਹਿਬ ਨਾਲ ਗੱਲ ਹੋਈ ਹੈ, ਇੱਥੇ SSO ਸਾਹਿਬ ਨਾਲ ਗੱਲ ਹੋਈ ਹੈ, ਮੌਕੇ 'ਤੇ ਗਏ ਹੋਏ ਨੇ, ਅਤੇ ਕਾਰਵਾਈ ਜਿਹੜੀ ਸਖ਼ਤ ਤੋਂ ਸਖ਼ਤ ਹੋਵੇ ਜੀ, ਟਰੈਕਟਰ ਵਾਲੇ 'ਤੇ ਵੀ ਜਿਹੜੇ ਬਈਏ ਸੀ ਉਹਨਾਂ 'ਤੇ ਵੀ, ਔਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਬਜ਼ੁਰਗ ਮਾਤਾ ਚਲੇ ਗਏ ਨੇ ਐਕਸੀਡੈਂਟ ਦੇ ਵਿੱਚ, ਅਤੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਸਰਕਾਰ ਵੱਲੋਂ ਮਾਲੀ ਮਦਦ ਜਿਹੜੀ ਕਰਨ ਲਈ ਨਸੀਮ ਸਾਹਿਬ ਨਾਲ ਗੱਲ ਕਰੀ। ਅਣਗਹਿਲੀ ਜ਼ਰੂਰ ਸਾਹਮਣੇ ਆਈ ਹੈ ਸਰ, ਇਸ ਤਰ੍ਹਾਂ ਕੀ ਲੱਗਦਾ? ਅਣਗਹਿਲੀ ਹੈ ਜੀ, ਬਿਲਕੁਲ ਅਣਗਹਿਲੀ ਹੈ ਜੀ। ਦੇਖੋ ਇਹ ਨਾ ਬੜਾ ਸੀਰੀਅਸ ਇਸ਼ੂ ਹੈ ਜੀ। ਇੱਕ ਤਾਂ ਸੜਕਾਂ ਆਪਣੀਆਂ ਛੋਟੀਆਂ ਨੇ, ਸੜਕਾਂ ਅਸੀਂ ਬਹੁਤ ਬੇਨਤੀ ਕੀਤੀ ਕਿ 18 ਫੁੱਟੀ ਕਰੀਏ, ਛੱਡ ਦਿਓ ਸਾਈਡਾਂ 'ਤੇ, ਕੋਈ ਛੱਡ ਕੇ ਰਾਜੀ ਨਹੀਂ, ਸੜਕਾਂ ਪੂਰੀਆਂ ਪੂਰੀਆਂ ਨੇ, ਉੱਥੇ ਹੀ ਟਰੈਕਟਰ, ਉੱਥੇ ਹੀ ਪੈਦਲ, ਉੱਥੇ ਹੀ ਸਾਈਕਲ, ਉੱਥੇ ਹੀ ਮੋਟਰਸਾਈਕਲ, ਸਾਰੇ ਇਕੱਠੇ ਲੰਘਦੇ ਨੇ। ਅਤੇ ਇਹ ਜਿਹੜੀ ਘਟਨਾ ਜਿਵੇਂ ਹੋਈ ਆ, ਅਤੇ ਜਦੋਂ ਪਤਾ ਕਿ 100 ਮਨਰੇਗਾ ਦੇ ਵਰਕਰ ਕੰਮ ਕਰ ਰਹੇ ਨੇ, ਤਾਂ ਦੂਰੋਂ ਦਿਖ ਜਾਂਦਾ ਇਹ ਸਾਈਡ 'ਤੇ ਹਰ ਜਗ੍ਹਾ, ਔਰ ਇਹ ਵੀ ਨਹੀਂ ਹੈ ਕਿ ਕੋਈ ਹਨੇਰਾ ਸੀ ਜਾਂ ਕੁਛ ਸੀਗਾ, ਅਤੇ ਇੱਕਦਮ ਘਬਰਾ ਕੇ ਉਹਨਾਂ ਕੋਲ ਚਾਬੀ ਦੇਣੀ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਅਣਗਹਿਲੀ ਵੀ ਜਿਸ ਤਰ੍ਹਾਂ ਪ੍ਰਵਾਸੀ ਜਿਹੜੇ ਮਜ਼ਦੂਰ ਚਲਾ ਰਹੇ ਸੀ ਟਰੈਕਟਰ। ਬਿਲਕੁਲ ਜੀ, ਇੱਦਾਂ ਤਾਂ ਹਰ ਚੀਜ਼ ਦੀ ਪੜਤਾਲ ਹੋਈ ਹੈ ਜੀ, ਇਨਵੈਸਟੀਗੇਸ਼ਨ ਦਾ ਪਾਰਟ ਆ, ਸਾਰੀ ਪੜਤਾਲ ਹੋ ਗਈ, ਕਾਨੂੰਨੀ ਕਾਰਵਾਈ। ਬਿੱਕਰ ਸਿੰਘ ਮੇਰਾ ਨਾਮ ਹੈ ਜੀ, ਪਿੰਡ ਤੋਂ ਜੀ। ਕੀ ਗੱਲ ਕੀ ਹੋ ਗਈ? ਘਟਨਾ ਕੀ ਹੋਈ? ਘਟਨਾ ਇਹ ਹੋਈ ਜੀ, ਨਰੇਗਾ ਵਾਲੇ ਹਾਜ਼ਰੀ ਲਾ ਰਹੇ ਸੀ ਨਹਿਰ ਦੇ ਉੱਪਰ ਬੈਠੇ, ਨਰੇਗਾ ਵਾਲੇ ਹਾਜ਼ਰੀ ਲਾ ਰਹੇ ਸੀ, ਪਿੰਡੋਂ ਬਈਏ ਟਰੈਕਟਰ ਲੈ ਕੇ ਆਏ, ਟਰੈਕਟਰ ਸਿੱਧਾ ਹੀ ਨਰੇਗਾ ਵਾਲੇ ਦੇ ਉੱਪਰ ਚੜਾਤਾ ਜੀ। ਅਤੇ ਕਿੰਨੇ ਜਾਣੇ ਸੀ ਬਈਏ ਜਿਹੜੇ ਇਹ? ਬਈਏ 4-5 ਜਾਣੇ ਸੀਗੇ ਜੀ, ਜਿਹਨੇ ਜਾਣੇ ਜਿਹੜੇ ਉੱਪਰ ਚੜਾਤਾ ਜੀ। ਜਿਹੜਾ ਟਰੈਕਟਰ ਚਲਾ ਰਹੇ ਸੀ ਕਿਹਨਾਂ ਦਾ ਟਰੈਕਟਰ ਸੀਗਾ ਇਹ? ਟਰੈਕਟਰ ਜਗਪਾਲ ਸਿੰਘ ਦਾ ਸੀ, ਤੁੰਗਾਂ ਦਾ, ਇੱਕ ਕਿਸਾਨ ਸੀਗਾ ਜੀ ਬੰਦਾ ਇਹ। ਹਾਂਜੀ ਹਾਂਜੀ। ਅਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ? ਡੈਥ ਇੱਕ ਮੇਰੀ ਮਾਸੀ ਦੀ ਹੋ ਗਈ ਜੀ, ਇੱਕ ਨਾਲ ਹੋਰ ਨੇ ਹਿੰਮਤਪੁਰੀ ਤੋਂ, 2 ਜਾਣੇ ਡੈਥ ਹੋ ਗਏ। ਦ੍ਰੋਪਦੀ ਵੀ ਕਿੰਨੇ ਬੰਦੇ ਫੱਟੜ ਹੋਏ? 10-12 ਜਾਣੇ ਫੱਟੜ ਹੋ ਗਏ ਜੀ। ਕੀ ਮੰਗ ਕੀ ਤੁਸੀਂ ਕਰਦੇ? ਮੰਗ ਕੀ ਜਿਹੜੀ ਟਰੈਕਟਰ ਦੇ ਮਾਲਕ ਦੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਭਈਏ ਭੱਜ ਗਏ, ਫਰਾਰ ਹੋ ਗਏ? ਭਈਆਂ ਤੋਂ ਪੱਕੀ ਕਰਾਂਗੇ ਜੀ, ਭਈਆਂ ਨੂੰ ਪੱਕੀ ਕਰਾਂ, ਭਈਆ ਅੱਜ ਨਹੀਂ ਕੱਲ ਨੂੰ ਭੱਜਣਗੇ, ਭਈਆਂ ਦੇ ਕਾਰਵਾਈ ਹੁੰਦੀ, ਅੱਜ ਨਹੀਂ ਕੱਲ ਨੂੰ ਭੱਜਣਗੇ ਭਈਆ। ਟਰੈਕਟਰ ਦੇ ਮਾਲਕ ਦੇ ਕਾਰਵਾਈ ਹੋਣੀ ਚਾਹੀਦੀ, ਉਹਨੇ ਕਿਹਾ ਟਰੈਕਟਰ ਕਿਉਂ ਫੜਾਇਆ ਭਈਆਂ ਨੂੰ ਜੀ। ਹਾਂਜੀ, ਬਸ ਸਾਡੀ ਆਹੀ ਮੰਗ ਹੈ ਜੀ। ਨਾਇਬ ਸਿੰਘ ਆ ਜੀ, ਕੀ ਪਿੰਡ ਹੈ? ਪਿੰਡ ਦਾ ਨਾਮ ਤੁੰਗਾ ਜੀ। ਕੀ ਗੱਲ ਕੀ ਹੋਈ ਹੈ? ਗੱਲਬਾਤ ਗਏ, ਉੱਥੇ ਨਰੇਗਾ ਵਾਲੇ ਬੰਦੇ ਦੀ ਹਾਜ਼ਰੀ ਲੱਗ ਰਹੀ ਸੀ ਜੀ। ਠੀਕ ਹੈ। ਇਹ ਬਈਏ ਆਏ ਨੇ ਟਰੈਕਟਰ ਲੈ ਕੇ, ਗਾਇਲ ਪੌਦੇ ਲੱਦੀ ਹੋਈ ਸੀ। ਠੀਕ ਹੈ। ਹੈਂ? ਤੇ ਪੌਦੇ ਲੱਦੀ ਹੋਈ ਤੇ ਜਾਂ ਮੋੜ ਮੋੜਾ ਮੋੜਿਆ ਮੂਹਰੇ ਐਂ ਦੇਖਿਆ ਵੀ ਮੂਹਰੇ ਬੁੜੀਆਂ ਬੈਠੀਆਂ ਨੇ। ਹੈਂ? ਉਹ ਦਮਾ ਸਾਲੇ ਜਲਦੀ ਮੋਟਰ ਲੰਘਾ ਤਾ ਉੱਪਰ ਦੇ ਰਹੇ ਨੇ ਭਈਆਂ ਨੇ। ਕਿੰਨੇ ਜਾਣੇ ਸੀ ਬਈਏ? ਹਾਂ, ਅਣਜਾਣ ਵੀ ਹੋਏ, 3 ਵਜੇ ਤੇ ਬਈਏ ਚਲਾ ਰਹੇ ਸੀ। ਹਾਂ, ਬਈਏ ਚਲਾ ਰਹੇ ਤੇ। ਹਾਂ, ਤੇ ਕਿੰਨੇ ਦੇ ਜਾਣੇ ਦੇ ਸੱਟਾਂ ਲੱਗੀਆਂ, ਕਿੰਨੇ ਦੀ ਡੈਥ ਹੋ ਗਈ ਜੀ? ਉਹ ਮੇਰਾ ਖਿਆਲ ਹੈ ਜੀ 8 ਜਾਣੇ ਦੇ ਸੱਟਾਂ ਲੱਗੀਆਂ। ਟਰੈਕਟਰ ਕਿਸਾਨ ਦਾ ਸੀ? ਹਾਂ, ਟਰੈਕਟਰ ਕਿਸਾਨ ਦਾ ਸੀ। ਉਹਨਾਂ ਨੇ ਦੇ ਕੇ ਭੇਜਿਆ ਉਹਨਾਂ ਵੀ ਲੈ ਜਾਓ, ਬਹੁਤ ਉਹਨੂੰ ਚਲਾਉਣਾ ਨਹੀਂ ਆਉਂਦਾ। ਨਾ ਨਾ, ਚਲਾਉਣਾ ਨਹੀਂ ਆਉਂਦਾ ਸੀ। ਹੁਣ ਤੁਹਾਨੂੰ ਕੀ ਗੱਲਬਾਤ ਕੀ, ਮਤਲਬ ਕਿੰਨੇ ਵਿਚਾਰੇ ਬੰਦੇ ਫੱਟੇ ਜਿਹੜੀਆਂ ਜਿੱਦਾਂ ਹੀ ਡੈਥ ਹੋਈ ਹੈ, ਕਿੰਨੇ ਲਾਲੇ ਸੀਗੇ? ਉਹ ਡੈਥ ਕਿਹਨਾਂ ਦੀ ਹੋਈ ਹੈ? ਡੈਥ ਜੀ ਇੱਕ ਤਾਂ ਹਿੰਮਤਪੁਰ ਦੀ ਆ ਜਿਹਨਾਂ ਨੇ, ਇੱਕ ਤੁੰਗਾ ਪਿੰਡ ਦੀ ਆ। ਦੋਨੇ ਡੈਥ ਹੋ ਗਈ? ਹਾਂ, 2 ਦੀ ਡੈਥ ਹੋ ਗਈ। ਤੇ ਜ਼ਖਮੀ ਕਿੰਨੇ ਕੁ ਬੰਦੇ ਆਏ? ਜ਼ਖਮੀ ਜੀ 8-9 ਬੰਦੇ ਜ਼ਖਮੀ ਨੇ। ਹਾਂ, ਤੁਹਾਡੇ ਪਰਿਵਾਰ ਦਾ ਮੈਂਬਰ ਤੁਸੀਂ ਨਾਲ ਆਏ? ਹਾਂ, ਸਾਡੇ ਘਰ ਦੇ ਬਚ ਰਹੇ ਜੀ, ਉਹ ਮੂਹਰੇ ਖੜੀ ਭੱਜ ਕੇ ਪਰੇ ਹੋ ਗਿਆ। ਹਾਂ, ਕਿੰਨੇ ਕੁ ਬੰਦੇ ਹਾਜ਼ਰੀ ਲਵਾ ਰਹੇ ਸੀ ਉੱਥੇ?
ਉਹਦਾ ਜੀ ਮੇਰਾ 70-80 ਬੰਦੇ ਤੇ ਜੀ, ਹਾਂ ਦੋ ਪਿੰਡਾਂ ਦੀ ਹਾਜ਼ਰੀ ਲੱਗ ਰਹੀ ਸੀ, ਹਾਂ ਇੱਕਦਮ ਚੜਾਤਾ ਉਹ ਫਿਰ ਚੱਲਦਾ ਹੀ ਟਰੈਂਡ ਛੱਡ ਕੇ ਭੱਜ ਗਏ ਨਹਿਰ ਦੀ ਪਰਲੀ ਭੱਜ ਗਏ, ਨਾ ਕੋਈ ਨੀ ਫੜਿਆ ਜੀ ਉਹ ਫਿਰ ਉਹ ਹੁਣ ਦੇਖਣ ਲੱਗ ਗਏ ਉਹ ਇੰਨੇ ਭੱਜ ਗਏ ਮੱਕੀ ਉਹ ਮੇਰਾ ਖਿਆਲ ਹੁਣ ਬਾਅਦ ਚ ਪਾਵੇ ਫੜ ਲਿਆ ਹੁਣ ਅਸੀਂ ਨਰੇਗਾ ਚ ਲੱਗੇ ਹੋਏ ਤੇ ਜੀ ਹਾਜ਼ਰੀ ਲਵਾ ਰਹੇ ਤੇ ਉਧਰੋਂ ਟਰੈਕਟਰ ਆਇਆ ਤਾਂ ਮੁੰਡਾ ਕਹਿੰਦੇ ਉੱਤੇ ਚੜ ਗਿਆ ਬਈਏ ਚਲਾ ਰਹੇ ਤੇ ਜੀ ਬੰਦੇ ਦਾ ਤਾਂ ਪਤਾ ਨੀ ਕਿਹਦਾ ਟਰੈਕਟਰ ਭੱਜ ਗਏ ਉਤਰ ਕੇ 8:30 ਵਜੇ ਹੋਈ ਹੈ ਉੱਤੇ ਚੜਿਆ ਜੀ ਟਾਇਰ ਚਾਰ ਬਈਏ ਤੇ ਹਾਂ ਪਿੰਡ ਦੀ ਤੇ ਤੁੰਗਾ ਦੀ ਕੋਈ ਭਈਆ ਇੱਕ ਪ੍ਰਵਾਸੀ ਜਿਹੜਾ ਹੈਗਾ ਉਹ ਟਰੈਕਟਰ ਚਲਾ ਕੇ ਆ ਰਿਹਾ ਸੀ ਉਹਨੂੰ ਪਤਾ ਨਹੀਂ ਲੱਗਿਆ ਅਣਜਾਣ ਸੀ ਕਿੱਦਾਂ ਸੀਗਾ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇੱਥੇ ਹੋਸਪਿਟਲ ਪਹੁੰਚਿਆ ਹੁਣ ਜਿਹੜਾ ਮੌਕੇ ਦਾ ਜਾਇਜ਼ਾ ਲੈ ਕੇ ਬਾਕੀ ਤਫਤੀਸ਼ ਜਾਰੀ ਹੈ ਜੋ ਸਾਹਮਣੇ ਸਾਡੇ ਤੱਥ ਆਉਂਦੇ ਆ ਤੁਹਾਡੇ ਸਾਹਮਣੇ ਰੱਖ ਲਿਆ ਮਜ਼ਦੂਰਾਂ ਦਾ ਦੋਸ਼ ਹੈ ਵੀ ਜਿਸ ਨੇ ਟਰੈਕਟਰ ਫੜਾਇਆ ਉਸਦੀ ਅਣਗਹਿਲੀ ਸਿੱਧੇ ਤੌਰ 'ਤੇ ਕਿਸਾਨ ਦੀ ਵੀ ਸਾਹਮਣੇ ਬਿਲਕੁਲ ਜੀ ਜਿਹਦੀ ਅਣਗਹਿਲੀ ਵਿੱਚ ਪਾਈ ਜਾਊਗੀ ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ ਜਿਹਦੇ ਖਿਲਾਫ਼ ਕਾਰਵਾਈ ਬਣਦੀ ਉਹ ਅਸੀਂ ਕਰਾਂਗੇ ਆਹ ਹੋਈ ਜੀ ਰੋਡ ਨੰਬਰ 3